ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਮੈਂ ਤੁਸਾਂ ਕਹਿਣ ਕੇ ਆਇਆ ਹਾਂ ਇਹਨਾਂ ਖੇਤਾਂ ਵਿੱਚੋਂ ਬੜੇ ਸਬਜ਼ ਸ਼ਰਦਾਬ ਖੇਤ ਹੁਣ, ਅਤੇ ਇੱਥੇ ਆਣ ਕੇ ਮੈਂ ਮਾਸਟਰ ਅੱਗੇ ਰਿਕੁਐਸਟ ਕੀਤੀ ਯਾਰਾ ਆਪਣੇ ਸ਼ਹਿਰ ਦੇ ਲੋਕਾਂ ਤੂੰ ਆਪਣੀ ਜ਼ਰਾ ਸ਼ੇਰੋ ਸ਼ਾਇਰੀ ਸੁਣਾ, ਅਤੇ ਮਾਸਟਰ ਤੁਸਾਂ ਦੀ ਖਿਦਮਤ 'ਚ ਸ਼ੇਰੋ ਸ਼ਾਇਰੀ ਅਰਜ਼ ਕਰਨਾ ਵੇ ਸੁਣਿਓ। میرے شہر کے بھی اچھے بخت ہوتے، میرے شہر کے بھی اچھے بخت ہوتے، کاش تیرے ٹیکسلا میں بھی درخت ہوتے۔ میرے شہر کے بھی اچھے بخت ہوتے، کاش تیرے ٹیکسلا میں بھی درخت ہوتے۔ کون نوچ سکتا تھا آنچل غریب کی بیٹی کا، کون نوچ سکتا تھا آنچل غریب کی بیٹی کا، کاش تیرے شہر میں بھی قانون سخت ہوتے۔ میرے شہر کے بھی اچھے بخت ہوتے، کاش تیرے ٹیکسلا میں بھی درخت ہوتے۔ کون نوچ سکتا تھا آنچل غریب کی بیٹی کا، تیرے شہر میں بھی قانون سخت ہوتے۔ مثال دی جاتی یورپ میں ہماری انصاف کی، مثال دی جاتی یورپ میں ہمارے انصاف کی، کاش ہمارے بھی ایسے تاج ہوتے، ہمارے بھی ایسے تخت ہوتے۔ یہ دوریاں اپنی انا کا نتیجہ تھی نبیل، یہ دوریاں اپنی انا کا نتیجہ تھی نبیل، مرنا ہم کبھی نہ دو لخت ہوتے۔ یہ دوریاں اپنی انا کا نتیجہ تھی نبیل، ورنہ کبھی نہ ہم دو لخت ہوتے۔ کاش تیرے ٹیکسلا میں بھی درخت ہوتے۔ ਮੈਂ ਆਖਾਂ ਮਾਸਟਰ ਨੇ ਸ਼ੇਰ ਓ ਸ਼ਾਇਰੀ ਸੁਣ ਕੇ ਮੈਂ ਤਾਂ ਕਾਫੀ ਇੰਜੋਏ ਕੀਤਾ ਵੇ, ਅਤੇ ਉਮੀਦ ਤਾਂ ਇਹ ਹੈ ਕਿ ਤੁਸਾਂ ਵੀ ਮਾਸਟਰ ਦੀ ਸ਼ਾਇਰੀ ਪਸੰਦ ਆਈ ਹੋ ਸੀ। ਅਗਰ ਤੁਸਾਂ ਇਹ ਸ਼ਾਇਰੀ ਪਸੰਦ ਆਈ ਹੈ ਤਾਂ ਬਰਾਏ ਮਿਹਰਬਾਨੀ ਕਮੈਂਟ ਕਰਕੇ ਅਸਾਂ ਦੱਸਿਆ ਕਰੋ, ਅਤੇ ਅਸਾਂ ਥੋੜ੍ਹਾ ਜਿਹਾ ਆਈਡੀਆ ਵੀ ਦਿਆ ਕਰੋ ਯਾਰਾ ਕਿ ਕਿਸ ਕਿਸਮ ਦੀ ਸ਼ਾਇਰੀ ਤੁਸੀਂ ਪਸੰਦ ਕਰਦੇ ਹੋ, ਅਤੇ ਜਿੱਥੇ ਅਸਾਂ ਕੋਲ ਗਲਤ ਵੀ ਹੋਵੇ ਨਾ, ਕੋਈ ਗਲਤੀ ਸ਼ਲਤੀ ਹੋਵੇ ਤੂੰ ਵੀ ਅਸਾਂ ਦੱਸ ਛੋੜਿਆ ਕਰੋ, ਹਾਈਲਾਈਟ ਕਰ ਸੱਟਿਆ ਕਰੋ ਇਹ ਚੀਜ਼ਾਂ ਸਮਾਂ, ਤਾਂ ਕਿ ਅਸਾਂ ਦੀ ਸਲਾਹ ਹੋ ਜਾਇਆ ਕਰੇ। ਮਿਹਰਬਾਨੀ। ਅੱਜ ਅਸਾਂ ਨਾਲ ਤ੍ਰਿਆ ਸੰਗੀ ਨਾਲ ਨੇ ਜਬਰਾਨ ਹੋ, ਕੋਈ ਜ਼ਰੂਰੀ ਕੰਮ ਹੈ ਅਸ ਨਹੀਂ ਤੇ ਉਹ ਵੀ ਨਾਲ ਹੋਵੇ। ਅਗਲੀ ਵੀਡੀਓ 'ਚ ਇਨਸ਼ਾਅੱਲਾ ਅਸਾਂ ਨਾਲ ਹੋ ਸੀ, ਅਤੇ ਆਪਣਾ ਵੀ ਖਿਆਲ ਰੱਖਿਓ ਅਤੇ ਆਪਣੇ ਗੁਆਂਢੀਆਂ ਨੇ ਵੀ, ਅਤੇ ਗੁਆਂਢੀਆਂ ਨੇ ਵੀ। ਅੱਲਾ ਹਾਫਿਜ਼। ਟੇਕ ਕੇਅਰ।